ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਮੈਂ ਜੋ ਵੀਡੀਓ ਪੇਸ਼ ਕਰਨ ਜਾ ਰਿਹਾ ਹਾਂ ਉਹ ਮੇਰੀ ਸਪੈਸ਼ਲੀ ਬੀਬੀਆਂ ਵਾਸਤੇ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਬੀਬੀਆਂ ਲਾ ਲਓ, ਕੁੜੀਆਂ ਲਾ ਲਓ, ਭੈਣਾਂ ਲਾ ਲਓ, ਭਤੀਜੀਆਂ ਲਾ ਲਓ, ਜੋ ਵੀ ਲਾ ਲਓ, ਉਹਨਾਂ ਵਾਸਤੇ ਸਪੈਸ਼ਲੀ ਫੋਰ ਗਰਲਸ, ਜੋ ਕਿ ਸਟੱਡੀ ਵਿੱਚ ਇੰਨੀਆਂ ਜ਼ਿਆਦਾ ਬਿਜ਼ੀ ਹੋ ਚੁੱਕੀਆਂ ਹਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੀ ਫਿਜ਼ੀਕ ਕਦੋਂ ਖਰਾਬ ਹੋਵੇ। ਅਤੇ ਜਿਸ ਟਾਈਮ ਉਹਨਾਂ ਦੇ ਡਰੈਸਅਪ, ਜਿਵੇਂ ਫੰਕਸ਼ਨ 'ਤੇ ਜਾਣਾ, ਡਰੈਸਅਪ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਬੈਕ ਬਹੁਤ ਜ਼ਿਆਦਾ ਭਾਰੀ ਹੋਈ ਹੋਈ, ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਹੁਣ ਕਿਸ ਤਰ੍ਹਾਂ ਇਸ ਨੂੰ ਰਿਡਿਊਸ ਕੀਤਾ ਜਾਏ। ਸੋ ਮੈਂ ਉਹਦੇ ਵਾਸਤੇ ਇੱਕ ਵੀਡੀਓ ਲੈ ਕੇ ਆਇਆ ਜਿਸ ਦੇ ਵਿੱਚ ਮੈਂ ਤੁਹਾਨੂੰ ਉਸਦੇ ਟਿਪਸ ਦਾਂਗਾ, ਜਿਸ ਦੇ ਨਾਲ ਕਿ ਤੁਸੀਂ ਆਪਣੀ ਬੈਕ ਰਿਡਿਊਸ ਕਰ ਸਕਦੇ ਹੋ, ਕਿਉਂਕਿ ਉਸਦੇ ਨਾਲ ਹੀ ਸਾਰੀ ਪਰਸਨੈਲਿਟੀ ਹੈ। ਜਿੰਨੀਆਂ ਵੀ ਡਰੈਸਿਸ ਨੇ ਉਹ ਵੱਡੀ ਬੈਕ ਹੋਣ ਦੇ ਨਾਲ ਨਹੀਂ ਜਚਦੀਆਂ, ਵੱਡੀਆਂ ਥਾਈਜ਼, ਵੱਡੀਆਂ ਲੈਗਸ ਦੇ ਨਾਲ ਨਹੀਂ ਜਚਦੀਆਂ। ਸੋ ਥੋੜ੍ਹਾ ਜਿਹਾ ਗੌਰ ਫਰਮਾਓ ਅਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਇਸਦਾ ਫਾਇਦਾ ਹੋਰ ਵੀ ਲੇਡੀਜ਼ ਨੂੰ ਪਹੁੰਚ ਸਕੇ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੀ ਵੀ ਬੈਕ ਵੱਡੀ ਹੈ ਉਹ ਲੇਡੀਜ਼ ਨੂੰ ਢੋ ਲਾ ਕੇ ਨਹੀਂ ਬੈਠਣਾ, ਕਿਤੇ ਵੀ ਜਗ੍ਹਾ 'ਤੇ ਬੈਠਣਾ ਹੈ ਤਾਂ ਉੱਥੇ ਬੈਕ ਨਹੀਂ ਲਗਾ ਕੇ ਬੈਠ, ਅਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਤਾਂ ਚੌਕੜੀ ਮਾਰ ਕੇ ਬੈਠ, ਜਿਸ ਤਰ੍ਹਾਂ ਕਿ ਗੁਰਦੁਆਰੇ ਦੇ ਭਾਈ ਜੀ ਜਾਂ ਪੰਡਿਤ ਬੈਠਦੇ ਨੇ ਉਸ ਤਰ੍ਹਾਂ ਚੌਕੜੀ ਮਾਰ ਕੇ ਬੈਠਣਾ ਹੈ, ਜ਼ਿਆਦਾ ਤੋਂ ਜ਼ਿਆਦਾ ਚੌਕੜੀ ਮਾਰ ਕੇ ਬੈਠਣਾ ਹੈ। ਥਰਡ ਟਿਪ, ਇੱਕ ਉਹਨਾਂ ਨੂੰ ਅੱਧਾ ਘੰਟਾ, ਘੱਟੋ ਘੱਟ ਅੱਧਾ ਘੰਟਾ ਆਪਣੇ ਪੰਜਿਆਂ 'ਤੇ ਵਾਕ ਕਰਨਾ ਹੈ, ਆਪਣੇ ਪੰਜਿਆਂ 'ਤੇ ਵਾਕ ਕਰਨਾ ਹੈ। ਜਦੋਂ ਉਹ ਪੰਜਿਆਂ 'ਤੇ ਵਾਕ ਕਰਨਗੇ ਅਤੇ ਆਪਣੇ ਹੱਥ ਪਿੱਛੇ ਬੈਕ ਵੱਲ ਮੋੜ ਲੈ, ਇਸ ਦੇ ਨਾਲ ਉਹਨਾਂ ਦੀ ਜਿਹੜੀ ਡਬਲ ਚਿੰਨ ਹੈ ਉਹ ਬਿਲਕੁਲ ਗਾਇਬ ਹੋ ਜਾਏਗੀ, ਉਹ ਚਿੰਨ ਬਿਲਕੁਲ ਸਟ੍ਰੇਟ ਹੋ ਜਾਏਗੀ, ਜਿਹੜੇ ਸ਼ੋਲਡਰ ਨੇ ਉਹ ਬਿਲਕੁਲ ਸਟ੍ਰੇਟ ਹੋ ਜਾਣਗੇ, ਜਿਹੜਾ ਬੈਕ ਮਸਲ 'ਤੇ ਫਾਲਤੂ ਫੈਟ ਚੜੀ ਹੋਈ ਹੈ ਉਹ ਉਤਰਦੀ ਜਾਏਗੀ ਔਰ ਇੱਕ ਸ਼ੇਪ ਲੈਂਦੀ ਜਾਏਗੀ। ਥੋੜ੍ਹੇ ਜਿਹੇ ਦਿਨ, 15-20 ਦਿਨ, ਮਹੀਨਾ ਤੋਂ ਬਾਅਦ ਇਸਦਾ ਰਿਜ਼ਲਟ ਤੁਹਾਨੂੰ ਲੋਕਾਂ ਦੀਆਂ ਅੱਖਾਂ ਵਿੱਚ ਦੇਖਣ ਨੂੰ ਮਿਲੇਗਾ, ਜਦੋਂ ਤੁਹਾਨੂੰ ਲੋਕ ਪੁੱਛਣਗੇ ਵੀ ਤੁਸੀਂ ਕਿਆ ਕਰ ਰਹੇ ਹੋ, ਜਿਮ ਜਾ ਰਹੇ ਹੋ ਜਾਂ ਕੀ ਕਰ ਰਹੇ ਹੋ। ਅਤੇ ਇੱਕ ਟਿਪ ਹੋਰ ਵੀ ਹੈ, ਜੇ ਉਸਦੇ ਨਾਲ ਉਹਨਾਂ ਨੂੰ ਇੱਕ ਟਮੀ ਟਕਰ ਯੂਜ਼ ਕਰਨਾ ਹੈ ਤਾਂ ਬਹੁਤ ਵਧੀਆ ਹੈ। ਟਮੀ ਟਕਰ ਦੀ ਸ਼ੇਪ ਹਮੇਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿਹੜਾ ਤੁਹਾਡਾ ਹਿਪ ਔਰ ਟਮੀ ਨੂੰ ਕਵਰ ਕਰੇ, ਜਸਟ ਲਾਈਕ ਦਿਸ। ਇਹ ਪੈਂਟੀ ਦੇ ਨਾਲ ਹੈ ਟਮੀ ਟਕਰ, ਇਸਨੂੰ ਯੂਜ਼ ਕਰੋ ਰੈਗੂਲਰਲੀ, ਪਰ ਇਸਨੂੰ ਸਿਰਫ ਦਿਨ ਦੇ ਟਾਈਮ ਹੀ ਯੂਜ਼ ਕਰਨਾ ਹੈ, ਦਿਨ ਦੇ ਟਾਈਮ 6-8 ਘੰਟੇ। ਜਦੋਂ ਸਟਾਰਟਿੰਗ ਵਿੱਚ ਇਸਨੂੰ ਯੂਜ਼ ਕਰੋਗੇ ਤਾਂ ਤੁਹਾਨੂੰ ਸਟਾਰਟਿੰਗ ਵਿੱਚ ਵਾਸ਼ਰੂਮ ਵਗੈਰਾ ਜ਼ਿਆਦਾ ਜਾਣਾ ਪਏਗਾ, ਪਰ ਇਸਨੂੰ ਘਬਰਾਉਣਾ ਨਹੀਂ ਹੈ, ਕਿਉਂਕਿ ਇਹ ਫਾਲਤੂ ਦੀ ਫੈਟ ਜਿੰਨੀ ਵੀ ਹੈ ਉਹ ਤੁਹਾਡੀ ਬੋਡੀ ਤੋਂ ਉਤਾਰਦੀ ਜਾਂਦੀ ਹੈ। ਸੋ ਇਹਨਾਂ ਟਿਪਸ ਨੂੰ ਰੈਗੂਲਰਲੀ ਯੂਜ਼ ਕਰੋ, ਦੇਖੋ ਦਿਨਾਂ ਦਿਨਾਂ ਵਿੱਚ ਹੀ ਤੁਹਾਡੀ ਬੈਕ ਜਿਹੜੀ ਹੈ ਉਹ ਰਿਡਿਊਸ ਹੋ ਜਾਏਗੀ ਅਤੇ ਤੁਸੀਂ ਵੀ ਇੱਕ ਸ਼ੇਪਲੀ ਵੂਮੈਨਸ ਦੀ ਤਰ੍ਹਾਂ ਹੀ ਨਜ਼ਰ ਆਓਗੇ। ਸੋ ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਉਹ ਯੂਜ਼ ਕਰਨ ਅਤੇ ਨਾਲ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ, ਲਾਈਕ ਕਰਨ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।